ਅੱਜ ਸਮਰਾਲਾ ਵਿਖੇ ਦਾਦਾ ਕੰਪਨੀ ਦੀ ਕਾਰ ਨੂੰ ਉਸ ਸਮੇਂ ਅੱਗ ਲੱਗੀ ਜਦੋਂ ਦਾਦਾ ਮੋਟਰ ਕੰਪਨੀ ਦਾ ਡਰਾਈਵਰ ਕਾਰ ਨੂੰ ਠੀਕ ਕਰਨ ਲਈ ਲੁਧਿਆਣੇ ਲੈ ਕੇ ਜਾ ਰਿਹਾ ਸੀ। ਸਮਰਾਲਾ ਸ਼ਹਿਰ ਤੋਂ ਬਾਹਰ ਨਿਕਲਦੇ ਸਾਰ ਹੀ ITI ਦੇ ਕੋਲ ਕਾਰ ਦੇ ਇੰਜਨ ਵਿੱਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਡਰਾਈਵਰ ਨੇ ਕਾਰ ਵਿੱਚੋਂ ਬਾਹਰ ਆ ਕੇ ਤੁਰੰਤ ਫਾਇਰ ਬ੍ਰਿਗੇਡ ਸਮਰਾਲਾ ਨੂੰ ਸੂਚਨਾ ਦਿੱਤੀ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਕਾਰ ਦੀ ਅੱਗ 'ਤੇ ਕਾਬੂ ਪਾਇਆ। ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਹੀ ਇਸ ਕਾਰ ਦਾ ਐਕਸੀਡੈਂਟ ਹੋਇਆ ਸੀ ਜਿਸ ਨੂੰ ਠੀਕ ਕਰਨ ਲਈ ਲੁਧਿਆਣੇ ਵਿਖੇ ਦਾਦਾ ਮੋਟਰ ਕੰਪਨੀ ਵਿੱਚ ਠੀਕ ਕਰਨ ਲੈ ਕੇ ਜਾਣਾ ਸੀ। ਕੰਪਨੀ ਦਾ ਡਰਾਈਵਰ ਕਾਰ ਨੂੰ ਲੈ ਕੇ ਜਿਵੇਂ ਹੀ ਸਮਰਾਲਾ ਸ਼ਹਿਰ ਤੋਂ ਬਾਹਰ ਨਿਕਲਿਆ ਤਾਂ ਕਾਰ ਨੂੰ ਅੱਗ ਲੱਗੀ। ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ। ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਕਾਰ ਵਿੱਚ ਇਕੱਲਾ ਡਰਾਈਵਰ ਹੀ ਸਵਾਰ ਸੀ ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਮੇਰਾ ਨਾਮ ਰਜੇਸ਼ ਕੁਮਾਰ ਹੈ ਦਾਦਾ ਮੋਟਰ ਤੋਂ। ਇਸ ਸਮਰਾਲੇ ਤੋਂ ਗੱਡੀ ਲੈ ਕੇ ਚੱਲੇ ਜੀ। ਕਿਹੜੇ ਦਾਦਾ ਮੋਟਰ ਕਿੱਥੇ ਆਫਿਸ ਢੋਲੀਆਲ ਜੀ ਦਾਦਾ ਮੋਟਰ ਕਿੱਥੋਂ ਲੈ ਕੇ ਚੱਲੇ ਸੀਗੇ? ਸਮਰਾਲੇ ਤੋਂ। ਕੀ ਹੋਇਆ ਸੀ ਗੱਡੀ ਨੂੰ? ਗੱਡੀ ਐਕਸੀਡੈਂਟ ਹੋ ਗਈ ਸੀਗੀ, ਇਹਨੂੰ ਲੈ ਕੇ ਚੱਲੇ ਸੀਗੇ ਅਤੇ ਇੱਕ ਸਮਰਾਲੇ ਤੋਂ 1-1.5 ਕਿਲੋਮੀਟਰ ਅੱਗੇ ITI ਤੋਂ ਆ ਕੇ ਇੱਕਦਮ ਗੱਡੀ ਗਰਮ ਹੋਣ ਲੱਗੀ। ਮੈਂ ਮੋੜ ਕੇ ਖੜ੍ਹੀ ਕਰਤੀ ਅਤੇ ਮੈਂ ਟੋ ਵਾਲੇ ਨੂੰ ਬੁਲਾਉਣ ਗਿਆ, ਜਦੋਂ ਪਿੱਛੇ ਮੁੜ ਕੇ ਦੇਖਿਆ ਇੰਜਨ ਇੱਕਦਮ ਅੱਗ ਫੜ ਲਈ ਇਹਨੇ। ਕਰੇਨ ਆ ਰਹੀ ਹੈ ਜੀ, ਹੁਣ ਉੱਥੋਂ ਕਰੇਨ ਆ ਰਹੀ ਹੈ, ਫਿਰ ਟੋ ਕਰਕੇ ਲੈ ਕੇ ਜਾਵਾਂਗੇ। ਆਇਆ ਵੀ ITI ਦੇ ਕੋਲ ਸਰਵਿਸ ਸਟੇਸ਼ਨ ਆ ਵੀ ਉੱਥੇ ਇੱਕ ਕਾਰ ਨੂੰ ਅੱਗ ਲੱਗੀ ਆ, ਤਾਂ ਅਸੀਂ ਆਪਣੀ ਫਾਇਰ ਬ੍ਰਿਗੇਡ ਦੀ ਗੱਡੀ ਲੈ ਕੇ ਤਾਂ ਅਸੀਂ ਮੌਕੇ 'ਤੇ ਪਹੁੰਚੇ ਤਾਂ ਦੇਖਿਆ ਵੀ ਇੰਜਣ ਨੂੰ ਬਹੁਤ ਜ਼ਿਆਦਾ ਅੱਗ ਲੱਗੀ ਹੋਈ ਸੀਗੀ। ਕੀ ਕਿਸ ਤਰ੍ਹਾਂ ਜਿਹੜਾ ਇਹਦੀ ਗੱਡੀ ਨੂੰ ਖੜ੍ਹੀ ਨੂੰ ਅੱਗ ਲੱਗੀ ਹੈ ਜਾਂ ਚੱਲੀ ਜਾਂਦੀ ਗੱਡੀ ਨੂੰ? ਇਹ ਤਾਂ ਹੁਣ ਜਿਵੇਂ ਉਹ ਵਿੱਚ ਡਰਾਈਵਰ ਸੀਗਾ, ਉਹ ਕਹਿੰਦਾ ਮੈਂ ਸਾਈਡ 'ਤੇ ਖੜਾਈ ਸੀਗੀ ਅਤੇ ਖੜਾ ਕੇ ਕਹਿੰਦਾ ਮੈਂ ਦੇਖਿਆ ਧੂੰਆਂ ਨਿਕਲਦਾ ਦੇਖਿਆ ਤਾਂ ਵਿੱਚ ਅੱਗ ਲੱਗੀ ਹੋਈ ਸੀਗੀ। ਤਾਂ ਜਿਹੜੇ ਕਹਿੰਦਾ ਤੁਰੰਤ ਲੋਕਾਂ ਨੇ ਇਕੱਠੇ ਹੋ ਕੇ ਇਹਦੀ ਸੂਚਨਾ ਫਾਇਰ ਬ੍ਰਿਗੇਡ ਸਮਰਾਲਾ ਨੂੰ ਦਿੱਤੀ, ਤਾਂ ਆਪਣੇ ਸਟੇਸ਼ਨ ਕੋਲ ਹੋਣ ਕਰਕੇ ਅਤੇ ਜਿਹੜੇ ਤਾਂ ਅਸੀਂ ਟਾਈਮ 'ਤੇ ਗੱਡੀ ਲੈ ਕੇ ਪਹੁੰਚ ਗਏ ਉਰੇ, ਤਾਂ ਦੇਖਿਆ ਅੱਗ ਬਹੁਤ ਜ਼ਿਆਦਾ ਸੀ, ਇੰਜਣ ਪਈ ਸੀ ਅਤੇ ਅਸੀਂ ਤੁਰੰਤ ਅੱਗੇ ਪਾਣੀ ਮਾਰਿਆ ਅਤੇ ਇੱਕ ਸਿਲੰਡਰ ਚਲਾਇਆ ਉਹ ਤਾਂ ਫਾਇਰ ਵਾਲਾ, ਅੱਗ ਫਾਇਰ ਵਾਲਾ ਸਿਲੰਡਰ ਨਾਲ ਨਹੀਂ ਕੰਟਰੋਲ ਹੋਈ ਤਾਂ ਪਾਣੀ ਚਲਾ ਕੇ ਅਸੀਂ ਅੱਗ ਕੰਟਰੋਲ ਕੀਤੀ।